ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ। ਦੋਸਤੋ, ਜਦੋਂ ਤੱਕ ਅਸੀਂ ਜਿਹੜੇ ਪੁਰਾਣੇ ਰਸਤੇ ਜਿਹੜੇ ਅਸੀਂ ਅਪਣਾਏ ਹੋਏ ਉਹਨਾਂ ਨੂੰ ਨਹੀਂ ਛੱਡਦੇ, ਅਸੀਂ ਕਿਸੇ ਨਵੇਂ ਰਸਤੇ 'ਤੇ ਨਹੀਂ ਜਾ ਸਕਦੇ। ਇਸੇ ਤਰ੍ਹਾਂ ਜਦ ਤੱਕ ਅਸੀਂ ਕਿਸੇ ਪੁਰਾਣੀ ਮਨੌਤ ਜਾਂ ਅਸੀਂ ਪੁਰਾਣੇ ਵਿਚਾਰ ਨੂੰ ਨਹੀਂ ਛੱਡਦੇ, ਅਸੀਂ ਜਿਹੜੇ ਨਵੇਂ ਵਿਚਾਰ ਆਪਣੇ ਅੰਦਰ ਨਹੀਂ ਲੈ ਕੇ ਆ ਸਕਦੇ, ਅਤੇ ਉਹਨਾਂ ਨੂੰ ਛੱਡਣ ਦੇ ਲਈ ਸਾਨੂੰ ਤਕਲੀਫ ਜ਼ਰੂਰ ਹੁੰਦੀ ਹੈ। ਕਿਉਂਕਿ ਜਦੋਂ ਅਸੀਂ ਪੁਰਾਣੇ ਕਿਸੇ ਵਿਚਾਰ ਨੂੰ ਛੱਡਦੇ ਹਾਂ ਅਤੇ ਨਵਾਂ ਗਿਆਨ ਆਉਂਦਾ ਸਾਡੇ ਕੋਲ, ਇੱਕ ਵਾਰੀ ਤਕਲੀਫ ਜ਼ਰੂਰ ਹੁੰਦੀ ਹੈ। ਅਤੇ ਜਦੋਂ ਅਸੀਂ ਉਹ ਤਕਲੀਫ ਨੂੰ ਸਹਿ ਲੈਂਦੇ ਹਾਂ ਤਾਂ ਸਾਡੇ ਜਿਹੜੇ ਵਿਚਾਰਾਂ ਦੇ ਉੱਪਰ ਜਿਹੜੀ ਆ ਉਹ ਅਪਗ੍ਰੇਡੇਸ਼ਨ ਜ਼ਰੂਰ ਹੁੰਦੀ ਹੈ, ਅਤੇ ਸਾਡਾ ਜਿਹੜਾ ਗਿਆਨ ਦਾ ਜਿਹੜਾ ਦਾਇਰਾ ਵੱਧਦਾ। ਜਦੋਂ ਗਿਆਨ ਦਾ ਦਾਇਰਾ ਵੱਧਦਾ ਹੈਗਾ ਅਤੇ ਸਾਡੇ ਕੋਲ ਵਿਚਾਰਾਂ ਦੀ ਵਿਸ਼ਾਲਤਾ ਆਉਂਦੀ ਹੈ, ਅਤੇ ਸਾਡੇ ਦਿਲ ਦੇ ਅੰਦਰ, ਸਾਡੇ ਦਿਮਾਗ ਦੇ ਅੰਦਰ ਕੁਛ ਨਵਾਂ ਕਰਨ ਦੀ ਜਿਹੜੀ ਆ ਉਮੰਗ ਪੈਦਾ ਹੁੰਦੀ। ਔਰ ਜਦੋਂ ਤੱਕ ਸਾਡਾ ਮਨ ਸਾਡੇ ਸਰੀਰ ਨਾਲੋਂ ਤਕੜਾ ਨਹੀਂ ਹੁੰਦਾ, ਅਸੀਂ ਕਿਸੇ ਵੀ ਕਿਸਮ ਦੀ ਬਹਾਦਰੀ ਦੀ ਗੱਲ ਨਹੀਂ ਕਰ ਸਕਦੇ, ਅਤੇ ਉਹ ਸਾਰੀਆਂ ਕੌਮਾਂ ਦੀ ਜਿਹੜੀ ਆ ਸ਼ਕਤੀ ਕਿਸੇ ਕੌਮ ਦੀ ਬਾਹਰ ਦੀ ਦਿੱਖ ਤੋਂ ਨਹੀਂ ਦੇਖੀ ਜਾ ਸਕਦੀ, ਉਹ ਕੌਮ ਦੇ ਵਿਚਾਰਾਂ ਅਤੇ ਉਹਨਾਂ ਦੇ ਅਸੂਲਾਂ ਤੋਂ ਦੇਖੀ ਜਾ ਸਕਦੀ ਹੈ। ਅਤੇ ਜਦ ਵੀ ਕੋਈ ਨਵਾਂ ਵਿਚਾਰ ਆਉਂਦਾ ਉਹਨੂੰ ਅਪਣਾਉਣ ਦੇ ਲਈ ਸਾਨੂੰ ਮੁਸ਼ਕਲ ਜ਼ਰੂਰ ਹੁੰਦੀ ਹੈ ਇੱਕ ਵਾਰੀ, ਪਰ ਜਦੋਂ ਤੁਸੀਂ ਉਹਨੂੰ ਅਪਣਾ ਲੈਂਦੇ ਹੋ ਤਾਂ ਤੁਹਾਡੇ ਵਿਚਾਰਾਂ ਦੇ ਵਿੱਚ ਵਿਸ਼ਾਲਤਾ ਆਉਂਦੀ ਹੈ। ਕਿਉਂਕਿ ਕਿਸੇ ਨਵੀਂ ਸੋਚ ਨੂੰ ਅਪਣਾਉਣਾ ਉਨਾ ਹੀ ਜ਼ਿਆਦਾ ਤਕਲੀਫਦੇਹ ਹੁੰਦਾ ਹੈ, ਜਦੋਂ ਜਿਵੇਂ ਮੌਸਮ ਬਦਲਣ ਦੇ ਨਾਲ ਤੁਹਾਡੇ ਸਰੀਰ ਦਾ ਉਸ ਮੌਸਮ ਦੇ ਵਿੱਚ ਢਲਣਾ ਤਕਲੀਫਦੇਹ ਹੁੰਦਾ। ਜਿਹੜੀ ਤਕਲੀਫ ਉਹ ਕੋਈ ਵੀ ਝੱਲ ਲੈਂਦਾ ਹੈ ਅਤੇ ਉਸਦੇ ਲਈ ਉਹ ਜਿਹੜੀ ਆ ਅਗਿਆਨ ਦੇ ਵਿੱਚ ਵਾਧਾ ਕਰ ਦਿੰਦੀ ਆ। ਜਿਹੜੇ ਮੁਨਕਰ ਹੋ ਜਾਂਦੇ ਆ ਅਤੇ ਉਹ ਆਪਣੀ ਪੁਰਾਣੀ ਮਨੌਤ ਦੇ ਨਾਲ ਉਹ ਖੜ੍ਹੇ ਰਹਿ ਸਕਦੇ ਆ। ਦੋਸਤੋ, ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ, ਆਉਣ ਵਾਲੀ ਵੀਡੀਓ ਵਿੱਚ ਅਸੀਂ ਹੋਰ ਲੈ ਕੇ ਆਵਾਂਗੇ ਇਸ ਦੇ ਨਾਲ ਰਿਲੇਟਡ ਮਟੀਰੀਅਲ। ਇਹ ਵੀਡੀਓ ਦੇਖਣ ਲਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੁੜੇ ਰੋਪਟਰ ਸਕੂਲ ਐਜੂਕੇਸ਼ਨ ਦੇ ਨਾਲ, ਸਤਿ ਸ਼੍ਰੀ ਅਕਾਲ ਜੀ।